लो जी अस्सलाम वालेकुम जनाब। लो जी वीर जी माशाल्लाह बछेरा तुहानू दिखाना जी, वाइट कलर का बहुत ही खूबसूरत बछेरी है। बहुत अच्छे भाई, बहुत अच्छे। वह तू मेरा तवा लवावेंगे किधर? ये किन्नी उम्र है जनाब इनकी? 14 महीने का। 14 महीने ते पैसे किन्ने जी? 8 लाख रुपया। 8 लाख रुपया। लो जी 8 लाख रुपया। थोड़ा जा वीर जी टोर के बहाओगे तेरा, दो के कदम पावे अवेरे, थोड़ा जा के करी बेटा। 8 लाख रुपया जी। एको कलर का जनाब, वाइट कलर का बछेरा है जे, माशाला खूबसूरत। 8 लाख रुपया जी, बहुत खूबसूरत जनाब। तो लो जनाब असी नंबर थोड़े ना शेयर करने, जेकर तुसी कोई गलबात करनी हो तो ये नाल तुसी कर सकते जी। 8 लाख। हाँ 0306। हाँ जी 3784-815। जफर बलोच। इन्हें जी किन्नी की कमी पेशी हैगी है कीमत? ओके जनाब, ओके। 8 लाख रुपया जनाब मंगते पे जे, तो बछेरे का 14 महीने का। तो आ इन्हें किन्ने पैसे? 2.5 लाख रुपया। ठीक है, उम्र 4 साल, बिल्कुल सील साहु। नंबर इ है नंबर? अभी थोड़ा जा टोर तो थी इनू, लो जी वीडियो अच्छी लगी हो तो लाइक शेयर जरूर करे जी। तो माशाल्लाह एक साहब ही तुम खाना है ले। बाबा जी किन्ने पैसे? 4 लाख। हैं 4 लाख? 4 लाख पूरे? तो कोई घाटा वादा भी कोई नहीं, थोड़ा जिन टोर के बहाओ। कद किन्ना को है? इधर पहले मैंने तुम दस दे, मैं 2 किलो तो बट्टा चकिया होया, दस दे। किन्ने पैसे? 4 लाख। 4 लाख ते किन्नी की रेत हो जाएगी? रेत किन्नी हो जाएगी? इन्हें तो सवारी सुवारी की बड़ी। अच्छा तू की है? बह खा बाबा चढ़ेगा खिंच लागा, बाबे चढ़ा देना उत्ते मैं। चल 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 बाबा। लो जी 4 लाख रुपया सारे तैयार है जी। 4 लाख रुपया बाबा मंगता पै जे, क्रास की गरंटी। 4 लाख देना बाबा चढ़न लगे भाई। देना बिल्कुल ठीक है, लै भी चढ़ गई बाबा। पर आजा पुत्र लै गई बाबा है बुटरा पर शौक होते पूरे। हाँ नहीं नहीं लो जनाब 4 लाख रुपया जनाब मंगते पे जे। ते लो जनाब वो बन गई है किन्नी कौन? मैनू तुसी बाहर कढ़वाओगे हुण? 1,20,000 रुपया मंगदे बाबा वे। अगर नंबर तो दिती जा, नंबर नहीं बाबा देंदा। ओए इधर दा आवेगा 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 फिर आ जाएगा।
ਕਿੰਨੇ ਪੈਸੇ ਦੇ? ਮੈਂ ਕਿਹੜਾ ਫ੍ਰੀ ਮੰਗਦਾ, ਪੁੱਛੀ ਤਾਂ ਬੋਲ। 60 60 ਸ਼ੁਕਰ ਬੋਲ ਪਿਆ। ਨੰਬਰ ਹੈਗਾ ਜੀ? ਫੋਨ ਲੰਬਾ ਔਰ ਮੋਟਰਸਾਈਕਲ ਦਾ ਨੰਬਰ ਮੰਗੇ ਜਾਣਾ। ਫੋਨ ਨੰਬਰ ਹੀ ਚਾਚਾ ਤੇਰੇ ਤੋਂ ਮੰਗਦਾ ਪਿਆ। ਹਾਂ ਸ਼ੁਕਰ ਹੈ। ਹਾਂ ਤੇ ਕਿਹੜੀ ਜਗ੍ਹਾ ਤੋਂ ਆਇਆ? 225 ਚੋਂ। ਕੋਈ ਰੇਟ ਸ਼ੇਟ ਲੱਗਿਆ ਵੀ ਹੈ? ਰੇਟ ਲੱਗਦੇ ਬਦੇ ਤੂੰ ਆਪਣੀ ਗੱਲ ਕਰ ਲਾ। ਆਹ ਦੇਖੋ ਲਾਈ ਵਾਲਾ ਰੰਗਾ। ਅੱਛਾ ਜੀ। ਹਾਂ ਅੱਲਾ ਵੇ ਤੇਰੀ ਬਕਾਵੇ। ਅਸੀਂ ਥੋੜ੍ਹਾ ਜਗ੍ਹਾ ਜਾ ਕੇ ਇੱਧਰ ਇੱਕ ਹੋਰ ਆ ਗਏ। ਲਓ ਜੀ ਇੱਕ ਹੋਰ ਆ ਗਏ 35-40 ਦੇ ਵੇਜਗੜ 35-40 ਦੇ ਤੇ ਲਓ ਜਨਾਬ ਮਾਸ਼ਾਅੱਲਾ। ਅਸਲਾਮ ਵਾਲੇਕੁਮ ਜੀ। ਵੀਰ ਜੀ ਕਿੰਨੇ ਪੈਸੇ ਜਾਂਦੇ ਜੀ? ਆ ਕਿੰਨੇ ਪੈਸੇ ਜੇ? ਹਾਂ ਹੋਰ 1.5 ਲੱਖ ਰੁਪਈਆ। ਅਸੀਂ ਥੋੜ੍ਹਾ ਜਿਹਾ ਟੋਰ ਖਾਏ ਨੂੰ 1.5 ਲੱਖ ਵੇਖੀਏ ਜ਼ਰਾ। ਪੂਰਾ ਕਰੀ ਪੂਰਾ ਕਰੀ 1.5 ਲੱਖ ਰੁਪਈਆ। ਓ ਆਏ ਬਾਈ ਓ ਪੜਾ ਜਾ ਬਾਈ ਪੜਾ ਜਾ ਲਾ ਖਲੋ ਗਈ ਆਈ। ਤੇ ਲਓ ਜਨਾਬ 1.5 ਲੱਖ ਰੁਪਈਆ। ਨੰਬਰ 10,000 ਤੈਨੂੰ ਪਤਾ ਲੱਗ ਗਿਆ? ਲਓ ਜੀ ਮਾਸ਼ਾਅੱਲਾ ਤੁਹਾਨੂੰ ਦੁਕਾਨ ਹੈ ਜੀ। ਅੱਛੇ ਅੱਛੇ ਬੱਚੇ। ਕਿੰਨੇ ਦਾ ਬੱਚਾ ਯਾਰ? 1,10,000 1,00,000 ਨੱਚਦਾ? ਨਚਾ ਕੇ ਬਹਾ ਨਹੀਂ ਨਿੱਕੇ ਜਿਹੇ ਨਚਣ ਦਾ ਲਾ ਦਿੱਤਾ ਜੇ। ਨੰਬਰ ਹੈਗਾ ਜੀ? ਤੇਰੇ ਕੋਲ ਨੰਬਰ ਨਹੀਂ ਹੈਗਾ? ਨੰਬਰ ਤਾਂ ਰੱਖ ਕਮਲਿਆ। ਲਓ ਜੀ ਮਾਸ਼ਾਅੱਲਾ ਜਾਨਵਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਹਾਂ ਜੀ। ਇਹ ਇੱਕ ਨੁਕਰਾ ਨੁਕਰਾ ਪਿਓਰ ਨੁਕਰਾ ਨਹੀਂ। ਕਿੰਨੇ ਪੈਸੇ ਬੇਟਾ ਇਹਦੇ? ਕਹਿੰਦਾ ਮੀਆਂ ਜੀ 2.5 ਲੱਖ। 2.5 ਲੱਖ ਇਹ ਤਾਂਦਲਾ ਮੰਡੀ ਵਾਲਾ? ਉਹ ਕਿਕਰੀਆਂ ਥੱਲੇ ਜਿਹੜਾ ਬੈਠਾ ਸੀ ਤੂੰ ਮੈਂ ਸਮਝ ਗਿਆ। ਅਤੇ ਹੁਣ ਇਹਦਾ ਤੂੰ ਰੇਟ 2.5 ਲੱਖ ਹੁਣ ਵਾਹਵਾ ਥੱਲੇ ਆ ਗਿਆ। ਹੈਂ 3.5 ਲੱਖ ਉਹ ਦੂਜੀ ਮਛੇਰੀ ਵੇਚਤੀ ਸੀ ਨਾਲ ਦੀ ਕਿਹੜੀ? ਹਾਂ ਨੰਬਰ ਦੱਸ ਦੇ ਹੁਣ ਸ਼ਾਇਦ ਕੋਈ 2.5 ਦਾ ਕੋਈ ਆ ਜਾਵੇ। 0303 ਹਾਂ 44 ਹੁਣ ਇਹਦੇ 'ਚ ਵੀ ਕੋਈ ਕਮੀ ਪੇਸ਼ੀ ਹੋ ਜਾਏਗੀ ਕਿ ਨਹੀਂ? ਕਰ ਵੀ ਲਾਂਗੇ ਥੋੜ੍ਹਾ ਬਹੁਤਾ। ਆਊਗਾ ਯਾਰ ਕਰ ਲਈਦਾ ਹੁੰਦਾ। ਅੱਲਾ ਦਾ ਬੰਦਾ ਜਦੋਂ ਵੇਚਣਾ ਜੂ ਇਹ ਮਹੀਨਾ ਜੋ ਘਰੇ ਰੱਖਣਾ ਤੇ ਰੱਖ ਕੇ ਕੀ ਕਰਨਾ? ਹਾਂਜੀ ਕਿੰਨੇ ਪੈਸੇ ਬੇਟਾ? ਕਿੰਨੇ ਪੈਸੇ ਹੁੰਦੇ? ਇੰਨਾ ਸਰ 80 ਮੰਗਦੇ। ਕੀ ਬਾਤ ਹੈ! ਅਸੀਂ ਥੋੜ੍ਹਾ ਜਿਹਾ ਗੱਲ ਖਟੋਰ ਖੱਤੇ ਤੇ ਹਾਂ ਟੋਰ ਤਾਂ ਸਹੀ 80,000 ਦਾ 80,000 ਦਾ ਬਾਨਾ ਟੋਰ ਬਾਨਾ ਟੋਰ ਯਾਰ ਕਿੰਨੇ ਪੈਸੇ ਵੀਰ? 1,00,000 ਰੁਪਈਆ। ਲਓ ਜੀ 1,00,000 ਰੁਪਈਆ ਜੀ। ਅਮੀਨਪੁਰ ਬੰਗਲਾ ਦਾ ਜਨਾਬ ਮੰਡੀ ਦਾ ਵਿਜ਼ਿਟ ਕਰ ਰਹੇ ਜੀ ਅਤੇ ਮਾਸ਼ਾਅੱਲਾ ਤੁਹਾਨੂੰ ਜਾਨਵਰ ਅਸੀਂ ਤੁਹਾਨੂੰ ਦਿਖਾ ਰਹੇ ਅਤੇ ਨੰਬਰ ਵੀ ਭਾਈ ਹੋਰਾਂ ਦਾ ਤੁਹਾਡੇ ਕੋਲ ਲੈ ਕੇ ਦੇਣਾ। ਵੀਰ ਜੀ ਨੰਬਰ ਦੱਸੋ ਆਪਣਾ। ਨੰਬਰ ਕੋਈ ਨਹੀਂ ਹੈਗਾ? ਜ਼ੁਲਮ ਕੀਤਾ ਯਾਰ ਤੂੰ, ਜ਼ੁਲਮ ਜ਼ੁਲਮ ਕੀਤਾ। ਅਸਲਾਮ ਵਾਲੇਕੁਮ ਜੀ। ਵੀਰ ਜੀ ਕਿੰਨੇ ਪੈਸੇ ਜੇ? 2,250 5 ਹੋ ਗਿਆ ਜੇ ਕਿ 4? 5 ਲਓ ਜੀ 5 ਹੋ ਗਿਆ ਜੀ। ਅਸੀਂ ਥੋੜ੍ਹਾ ਜਿਹਾ ਹੀ ਐਂ ਲਿਆਵਾਂਗੇ ਇੱਧਰ ਨੂੰ। ਬਸ ਬਸ ਲਓ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਜਨਾਬ ਘੋੜਾ ਜੇ ਔਰ 5 ਔਰ ਮਾਸ਼ਾਅੱਲਾ ਬਹੁਤ ਹਾਈਟ ਵਾਲਾ ਅਤੇ ਬਹੁਤ ਅੱਛਾ ਕਲਰ ਜਿਹੜਾ ਹੈਗਾ ਕਲਰ ਤੁਸੀਂ ਦੇਖ ਸਕਦੇ ਜੇ
हाथ पैर तुम देख सकते जी, पिछों भी तुम देख सकते जी पैर, बहुत आउट क्लास चीज़ है, बहुत खूबसूरत चीज़ है। तो नंबर असं थोड़े तो शेयर करना जनाब, नंबर दरा दसिया जी, नंबर कॉन्टैक्ट नंबर मोबाइल नंबर जी 460 3890 तो एड्रैस अपना चक झुमरा तो लो माशाल्लाह जी चक झुमरा तकरीबन को 62-63 होएगी हाइट, 62-63 जनाब हाइट होगी। तो चंग झुमरे तो जी माशाल्लाह बहुत ही अच्छा जानवर, जे अगर किसी ने लेना हो जनाब तुम राबता कर सकते जी। तो लो जनाब साढ़े चैनल भी जनाब तुम सबसक्राइब की कर जे, लाइक करा जे, वीडियो शेयर करा जे, तो ज़्यादा चाहना जी, इंशाल्लाह फिर मुलाकात होगी, अल्लाह हाफिज़।